ਸੋਹਣਿਆ ਮੇਰੀ ਜ਼ਿੰਦਗੀ ਦਾ ਤੂੰ। ਤੇਥੋਂ ਰੱਖੀ ਹੋ ਰੇ ਆਸ ਨੀ ਵੇ ਹੱਸ ਕੇ ਬੁਲਾਵੇ ਬਸ ਹੋਰ ਕੋਈ ਤਲਾਸ਼ ਨੀ ਵੇ ਸਰੋਂ ਵਿੱਚ ਝੋਟੇ ਵਾਂਗੂ ਫਿਰਦੇ ਆਓ ਘੜੇ ਹੀ ਖਵਾਤੇ ਮਿੱਠੀਏ। ਕਿਸ ਪੰਜਾਬੀ ਐਕਟਰਸ ਦੇ ਨਾਲ ਸਿੱਧੂ ਮੂਸੇਵਾਲਾ ਕਰਵਾਉਣਾ ਚਾਹੁੰਦਾ ਸੀ ਵਿਆਹ? ਜਵਾਬ ਸੁਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ। ਸਿੱਧੂ ਮੂਸੇਵਾਲਾ ਦੀ ਮੌਤ ਨੂੰ 2 ਸਾਲ ਪੂਰੇ ਹੋਣ ਵਾਲੇ ਨੇ, ਪਰ ਅੱਜ ਵੀ ਮੂਸੇਵਾਲਾ ਦਾ ਨਾਮ ਜੋ ਆ ਸੁਰਖੀਆਂ ਦੇ ਵਿੱਚ ਰਹਿੰਦਾ ਹੈ। ਅੱਜ ਵੀ ਇਸ ਗਾਇਕ ਦੇ ਗੀਤ ਜੋ ਨੇ ਬਿਲਬੋਰਡ ਤੇ ਛਾਏ ਰਹਿੰਦੇ ਨੇ। ਫੈਨਸ ਦੇ ਵੱਲੋਂ ਅੱਜ ਵੀ ਇਸ ਮਰਹੂਮ ਗਾਇਕ ਦੇ ਗੀਤਾਂ ਦਾ ਇੰਤਜ਼ਾਰ ਕੀਤਾ ਜਾਂਦਾ ਤੇ ਜਦੋਂ ਇਸ ਗਾਇਕ ਦੇ ਗੀਤ ਰਿਲੀਜ਼ ਹੋਣ ਵਾਲੇ ਹੁੰਦੇ ਆ ਤਾਂ ਵਿਊਜ਼ ਵੀ ਫਰੀਜ਼ ਹੋ ਜਾਂਦੇ ਆ। ਤਾਂ ਦੱਸ ਦਈਏ ਕਿ ਇੱਕ ਵੀਡੀਓ ਜੋ ਆ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਇੱਕ ਸਵਾਲ ਪੁੱਛਿਆ ਗਿਆ ਸੀਗਾ ਕਿ ਜੇਕਰ ਉਹਨਾਂ ਨੂੰ ਵਿਆਹ ਕਰਵਾਉਣਾ ਹੈ ਤਾਂ ਉਹ ਕਿਸ ਪੰਜਾਬੀ ਐਕਟਰਸ ਦੇ ਨਾਲ ਵਿਆਹ ਕਰਵਾਉਣਾ ਪਸੰਦ ਕਰਨਗੇ। ਤਾਂ ਇਸਦਾ ਜਵਾਬ ਜੋ ਸੀਗਾ ਉਹ ਸੁਣ ਕੇ ਤਾਂ ਤੁਸੀਂ ਸਾਰੇ ਹੀ ਹੈਰਾਨ ਰਹਿ ਜਾਵੋਗੇ। ਇਸ ਉੱਤੇ ਮੂਸੇਵਾਲਾ ਨੇ ਹੈਰਾਨ ਕਰਨ ਵਾਲਾ ਜਵਾਬ ਦਿੱਤਾ ਸੀਗਾ। ਜਦੋਂ ਮੂਸੇਵਾਲਾ ਤੋਂ ਪੁੱਛਿਆ ਗਿਆ ਕਿ ਉਹ ਕਿਹੜੀ ਅਭਿਨੇਤਰੀ ਨਾਲ ਵਿਆਹ ਕਰਵਾਉਣਾ ਚਾਹੁੰਦੇ ਨੇ ਤਾਂ ਉਹਨਾਂ ਦਾ ਜਵਾਬ ਸੀ, ਸਾਨੂੰ ਤਾਂ ਕੋਈ ਰੋਟੀ ਪਕਾਉਣ ਵਾਲੀ ਚਾਹੀਦੀ ਹੈ, ਅਸੀਂ ਐਕਟਰਸਿਸ ਤੋਂ ਕੀ ਲੈਣਾ। ਤਾਂ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੇ 2017 ਦੇ ਵਿੱਚ ਪੰਜਾਬੀ ਇੰਡਸਟਰੀ 'ਚ ਕਦਮ ਰੱਖਿਆ ਸੀ। ਉਸਨੇ 5 ਸਾਲਾਂ 'ਚ ਪੂਰੀ ਦੁਨੀਆ 'ਚ ਆਪਣੀ ਛਾਪ ਛੱਡੀ। ਉਸ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ। ਤਾਂ ਉਸਦੀ ਮੌਤ ਤੋਂ ਬਾਅਦ ਜੋ ਸੀਗਾ ਮਾਪਿਆਂ ਦੇ ਵੱਲੋਂ, ਫੈਨਸ ਦੇ ਵੱਲੋਂ ਲਗਾਤਾਰ ਇਨਸਾਫ਼ ਦੀ ਮੰਗ ਵੀ ਕੀਤੀ ਗਈ ਸੀ। ਤਾਂ ਦੱਸ ਦਈਏ ਕਿ ਹੁਣ ਪੂਰੇ 2 ਸਾਲ ਬਾਅਦ ਜੋ ਆ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਆਈਆਂ ਨੇ। ਉਹਨਾਂ ਦੇ ਘਰ ਇੱਕ ਛੋਟੇ ਬੱਚੇ ਦਾ ਜਨਮ ਹੋਇਆ। ਮਾਤਾ ਚਰਨ ਕੌਰ ਦੇ ਵੱਲੋਂ IVF ਰਾਹੀਂ ਇਸ ਬੱਚੇ ਨੂੰ ਜਨਮ ਦਿੱਤਾ ਗਿਆ, ਜਿਸਦਾ ਨਾਮ ਵੀ ਸ਼ੁਭਦੀਪ ਸਿੰਘ ਸਿੱਧੂ ਰੱਖਿਆ ਗਿਆ, ਜਿਸਦੇ ਆਉਣ ਕਰਕੇ ਇੱਕ ਵਾਰ ਫਿਰ ਜੋ ਹਵੇਲੀ ਆ, ਤਾਂ ਜਿਸ ਤੋਂ ਬਾਅਦ ਇੱਕ ਵਾਰ ਫਿਰ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਖੁਸ਼ੀਆਂ ਵਾਪਸ ਪਰਤ ਆਈਆਂ ਨੇ।